ਵਟਸ ਅਪ ਗਾਈਜ਼, ਵੈਲਕਮ ਬੈਕ ਟੂ ਅਨਦਰ ਵਲੌਗ। ਸੋ ਗਾਈਜ਼, ਫਾਈਨਲੀ ਅੱਜ ਹੈਗੀ ਹੈ 25 ਤਰੀਕ ਅਤੇ ਉਹ ਦਿਨ ਆ ਚੁੱਕੇ ਹੈ ਜਦ ਅਸੀਂ ਆਪਣਾ ਇੰਡੀਆ ਛੱਡ ਕੇ ਪਾਕਿਸਤਾਨ ਜਾਣਾ ਅਤੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਉੱਥੇ ਅਸੀਂ ਘੁੰਮ ਕੇ ਆਉਣਾ ਹੈ। ਲੋਵੀ ਦਰਬਾਰ ਸਾਹਿਬ 'ਚ ਆਪਾਂ ਮੱਥਾ ਟੇਕਿਆ ਇਹਦੇ, ਅਤੇ ਹੁਣ ਆਪਾਂ ਨੇ ਜਾਣਾ ਹੈ ਕਿਤੇ ਸਿੱਧਾ ਆਪਣਾ ਪਾਕਿਸਤਾਨ ਦੇ ਕੋਰੀਡੋਰ 'ਤੇ। ਸੋ ਬਸ ਹੁਣ ਤਿਆਰ ਤਿਉਰ ਹੋ ਗਏ ਅਤੇ ਰਾਤ ਨੀਂਦ ਨੂੰ ਔਖੀ ਹੋ ਆਈ ਆ ਅਤੇ ਬਸ ਫਟਾਫਟ ਚੱਲਦੇ ਹਾਂ, ਪਹਿਲਾਂ ਟ੍ਰੇਨ ਆਉਂਦੇ, ਅੱਜ ਭੀੜ ਹੁੰਦੀ ਉੱਥੇ ਕਿਉਂਕਿ ਅੱਜ ਸੰਡੇ ਆ। ਲੋਵੀ ਗਾਈਜ਼, ਮੋਟਰਸਾਈਕਲ ਲੈ ਕੇ ਆਪਾਂ ਫੋਟੋਆਂ ਸ਼ੂਟ ਕਰੀਆਂ, ਇੰਸਟਾਗ੍ਰਾਮ 'ਤੇ ਦਿਖੂੰਗੀਆਂ। ਕਰਤਾਰਪੁਰ ਲਾਂਘੇ ਦੇ ਆਪਾਂ ਇੱਧਰ ਨੂੰ ਜਾਣਾ ਹੁਣ, ਠੀਕ ਹੈ। ਜਤਿੰਦਰ ਸਾਹਿਬ ਸਾਡੇ ਨਾਲ ਆ, ਓਜਲਾ ਸਾਹਿਬ, ਅਤੇ ਇੱਧਰ ਨੂੰ ਆਪਾਂ ਜਾਵਾਂਗੇ ਹੁਣ। ਅਤੇ ਟਾਈਮ ਹੋ ਗਿਆ 7:30 ਵਜੇ ਦਾ, ਅਤੇ 7:30 ਵਜੇ ਦਾ ਟਾਈਮ ਹੋ ਚੁੱਕਿਆ ਅਤੇ ਆਪਾਂ ਹੁਣ ਫੋਟੋ ਸ਼ੂਟ ਕਰਕੇ ਹਟੇ ਆ ਤਾਂ ਕਿ ਯਾਦਗਾਰ ਰਹੇ ਫੋਟੋ, ਤਾਂ ਆਪਾਂ ਕਲਿੱਕ ਕਰੀ ਆ, ਠੀਕ ਹੈ। ਸੋ ਬਸ ਫਟਾਫਟ ਚੱਲਦੇ ਹਾਂ, ਐਂਟਰੀ ਕਰਦੇ ਹਾਂ, ਜੋ ਪ੍ਰੋਸੈਸ ਹੋਊਗਾ ਸਾਰਾ ਆਪਾਂ ਨਾਲ ਦੀ ਨਾਲ ਦੱਸਾਂਗੇ। ਕੋਵਿਡ ਰਿਪੋਰਟ, ਪਾਸਪੋਰਟ, ETF ਫਾਰਮ, ਠੀਕ ਹੈ, ਇਹ 3-4 ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਇਹ ਜ਼ਰੂਰੀ ਆ, ਲਾਜ਼ਮੀ ਆ। ਅਤੇ ਹੁਣ ਇੱਕ ਮੈਂ ਹੋਰ ਗੱਲ ਦੱਸ ਦਿੰਦਾ, ਜਿੱਕਣਾ ਹੁਣ ਅੱਜ ਹੈਗਾ ਸੰਡੇ, ਅਤੇ ਜਿਹੜੀ ਹੁਣ ਕਰੋਨਾ ਦੀ ਰਿਪੋਰਟ ਆ ਨਾ, ਉਹ ਤੁਸੀਂ ਆਪਣੀ ਪਹਿਲਾਂ ਜਿੱਥੇ ਤੋਂ ਆ ਰਹੇ ਹੋ ਉੱਥੇ ਤੋਂ ਕਰਵਾ ਕੇ ਆਇਓ, ਕਿਉਂਕਿ ਇੱਥੇ ਅੱਜ ਦਾ ਹੋਸਪਿਟਲ ਖੁੱਲ੍ਹਾ, ਜੇ ਬਾਈ ਚਾਂਸ ਨਾ ਖੁੱਲ੍ਹਾ ਹੋਇਆ ਸੰਡੇ ਨੂੰ, ਫਿਰ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਕਰੋਨੇ ਤੋਂ ਬਿਨਾਂ, ਤੁਹਾਨੂੰ ਰਿਪੋਰਟ ਤੋਂ ਬਿਨਾਂ ਤੁਹਾਨੂੰ ਜਾਣ ਨਹੀਂ ਦੇਣਾ ਹੈਗਾ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, 3-4 ਚੀਜ਼ਾਂ ਇਹ ਤੁਹਾਡੇ ਕੰਪਲੀਟ ਹੋਣੀਆਂ ਚਾਹੀਦੀਆਂ। ਸਾਡੀ ਇਹ ਪਹਿਲੀ ਕੰਪਲੀਟ ਸੀ, ਅਸੀਂ ਕੱਲ੍ਹ ਕੰਪਲੀਟ ਕਰਕੇ ਆਏ ਹਾਂ ਸਾਰਾ ਕੁਝ। ਅਤੇ ਡੋਲਰ ਅਸੀਂ ਆਪਣੇ ਪਹਿਲੇ USD ਡੋਲਰ ਲੈ ਕੇ ਆਏ ਆ, ਅਸੀਂ ਆਪਣੇ ਨਾਲ ਲੈ ਕੇ ਆਏ ਆ, ਠੀਕ ਹੈ। ਅਤੇ ਉਦੋਂ ਬਾਅਦ ਅਸੀਂ ਆਪਣੇ ਜਿਹੜੇ ਫੀਸ ਜਮ੍ਹਾਂ ਕਰਾਉਣੀ ਆ, ਅਤੇ $10 ਸਾਡੇ ਕੋਲ ਐਕਸਟਰਾ ਖਰਚਣ ਨੂੰ, ਅਸੀਂ ਬਸ ਉੱਨੇ ਕੁ ਲੈਣੇ ਆ ਜਿੰਨੇ ਕੁ ਆਪਾਂ ਨੇ ਖਰਚਣੇ ਆ ਉੱਧਰ। ਜੇ ਹੋਰ ਲੋੜ ਪੈ ਗਈ ਉੱਧਰ ਆਪਾਂ ਕਨਵਰਟ ਕਰਵਾ ਲਾਂਗੇ, ਵੈਸੇ ਲੋੜ ਨਹੀਂ ਪੈਣੀ ਹੈਗੀ। ਬਾਕੀ ਆਪਾਂ ਚੱਲਦੇ ਹਾਂ, ਕਰਦੇ ਹਾਂ ਗੱਲਬਾਤ, ਬਣੇ ਰਹੋ। ਲੋਵੀ ਗਾਈਜ਼, ਇੱਧਰ ਇੰਡੀਆ ਦੀ ਪੈਸੀ ਰਹਿ ਗਈ, ਅਤੇ ਠੀਕ ਹੈ, ਇਹ ਪੁੱਲ ਜਾਂਦਾ ਅੱਗੇ, ਅਤੇ ਉਹ 0 ਲਾਈਨ ਆ, ਅਤੇ ਸਾਹਮਣੇ ਆਪਾਂ ਨੇ ਜਾਣਾ, ਉਹ ਰਿਹਾ ਪਾਕਿਸਤਾਨ। ਪਾਕਿਸਤਾਨ ਦੇ ਵਿੱਚ ਜਾ ਕੇ ਆਵਾਂਗੇ ਆਪਾਂ, ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ। ਹਜੇ ਟਾਈਮ ਪੂਰਾ ਹੋਇਆ ਨਹੀਂ, 8:00 ਵਜੇ, ਅਤੇ ਕੋਰੀਡੋਰ ਦੇ ਹਜੇ ਰਸਤੇ ਖੁੱਲ੍ਹੇ ਨਹੀਂ ਹੈਗੇ, ਪੂਰੇ 8 ਵਜੇ ਐਂਟਰੀ ਹੋਣੀ ਹੈ ਸਾਡੀ। ਹੋ ਜੀ ਗਾਈਜ਼, ਫਾਈਨਲੀ ਆਪਣੀ ਐਂਟਰੀ ਹੋਣ ਜਾ ਰਹੀ ਆ, ਅਤੇ ਆਪਾਂ ਇੱਥੇ ਪਹੁੰਚ ਚੁੱਕੇ ਹਾਂ, ਅਤੇ ਹੁਣ ਬਸ ਚੱਲਦੇ ਆਪਾਂ ਐਂਟਰੀ ਕਰਾਉਂਦੇ ਹਾਂ, ਆਪਣੀ ਜਾ ਕੇ ਚੈਕਿੰਗ ਚੂਕਿੰਗ ਕਰਾਉਂਦੇ ਹਾਂ। ਲੋ ਵੀ ਗਾਈਜ਼, ਮੋਟਰਸਾਈਕਲ ਆਪਾਂ ਸਾਹਮਣੇ ਪਾਰਕ ਕਰਤਾ, ਐਂਟਰੀ ਹੋ ਗਈ ਦੀ ਆਪਣੀ, ਅਤੇ ਹੁਣ ਆਪਾਂ ਚੱਲੇ ਹਾਂ ਵੈਸੀ ਦੇ ਅੰਦਰ, ਆਪਣੀ ਚੈਕਿੰਗ ਚੁੱਕੀ ਹੋਊਗੀ, ਜਿਹੜੇ ਡਾਕੂਮੈਂਟ ਲਿਆਉਂਦੇ ਹੋਏ ਸਾਰੇ ਚੈੱਕ ਹੋਊਗੇ। ਅਤੇ ਇੱਧਰ ਦੇਖੋ ਯਾਰ, ਝੰਡਾ ਬਾਈ 300 ਫੁੱਟ ਉੱਚਾ, ਇਹ 300 ਫੁੱਟ ਉੱਚਾ, ਅਤੇ ਜਿਹੜਾ ਝੰਡਾ ਲੱਗਿਆ ਹੈ ਉਹਦਾ ਵੇਟ ਹੈਗਾ 70-80 ਕਿਲੋ ਵੇਟ, ਬਹੁਤ ਬੜਾ ਇਹ ਰਿਐਲਿਟੀ ਦੇ ਵਿੱਚ, ਬਹੁਤ ਬੜਾ ਝੰਡਾ। ਸੋ ਫਟਾਫਟ ਚੱਲਦੇ ਹਾਂ ਆਪਾਂ ਵੈਸੀ ਦੇ ਅੰਦਰ, ਜਾ ਕੇ ਬਸ ਫਟਾਫਟ ਆਪਾਂ ਆਪਣੀ ਚੈਕਿੰਗ ਕਰਾਉਂਦੇ ਆ, ਜਿਹੜਾ ਪ੍ਰੋਸੀਜਰ ਆ ਉਹ ਆਪਾਂ ਕਰਾਉਂਦੇ ਆ, ਅਤੇ ਉਹ ਤੋਂ ਬਾਅਦ ਜਿਹੜੀ ਪੋਲੀਓ ਦੀ ਬੂੰਦਾਂ ਉਹ ਵੀ ਆਪਾਂ ਪੀਣੀਆਂ, ਜਦ ਦੱਬ ਕੇ ਪੀਣੀਆਂ। ਦੋ ਜੀ, ਕਰਤਾਰਪੁਰ ਕੋਰੀਡੋਰ ਦੇ ਆਪਾਂ ਅੰਦਰ ਆ ਗਏ, ਅਤੇ ਸਾਹਮਣੇ ਨਾ ਇੱਕ ਦੁਕਾਨ ਆ, ਇੱਥੇ ਤਾਂ ਲੰਗਰ ਮਿਲਦਾ, ਇਹਦੇ ਨਾਲੇ ਆ ਦੂਜਾ ਕਮਰਾ, ਠੀਕ ਆ, ਉੱਥੇ ਜਾ ਕੇ ਆਪਾਂ ਆਪਣਾ ਬੈਗ ਬੁੱਕ ਜਮ੍ਹਾਂ ਕਰਾ ਸਕਦੇ ਹਾਂ। ਇੰਬੈਸੀ ਚੋਂ ਨਿਕਲ ਗਏ ਇੰਡੀਆ ਵਾਲੇ ਚੋਂ, ਅਤੇ ਹੁਣ ਆਪਾਂ ਨੇ ਪਾਕਿਸਤਾਨ ਦੇ ਵਿੱਚ ਆਪਾਂ ਐਂਟਰੀ ਕਰ ਲਈ ਆ, ਗੱਡੀ ਦੇ ਵਿੱਚ ਜਾ ਰਹੇ ਹਾਂ ਬਸ ਹੁਣ। ਗਾਈਜ਼, ਫਾਈਨਲੀ ਆਪਾਂ 0 ਲਾਈਨ 'ਤੇ ਪਹੁੰਚ ਗਏ ਆ, ਅਤੇ ਹੁਣ ਆਪਾਂ ਨੇ ਇੱਥੇ ਤੋਂ ਐਂਟਰੀ ਕਰਨੀ ਆ। ਇਹ ਹੈਗੀ 0 ਲਾਈਨ, ਪਰਲੀ ਸਾਈਡ ਪਾਕਿਸਤਾਨ, ਇੱਧਰ ਹੈਗਾ ਇੰਡੀਆ, ਦੇਖੋ ਇੰਡੀਆ ਦਾ ਗੇਟ, ਉੱਧਰ ਪਾਕਿਸਤਾਨ ਦਾ ਗੇਟ। ਆਜੋ ਗਾਈਜ਼, ਪਾਕਿਸਤਾਨ ਦੀ ਬੱਚੀ ਆਪਾਂ ਚੱਲਦੇ ਹਾਂ। ਗਾਈਜ਼, ਇੱਧਰ ਤਾਂ ਲੋਕ ਸਾਰੇ ਕ੍ਰੋਸ ਕਰਕੇ ਆਹ ਵਾਲੀਆਂ ਬੱਸ ਦੇ ਵਿੱਚ ਆਪਾਂ ਬੈਠਾਂਗੇ, ਅਤੇ ਪਾਕਿਸਤਾਨ ਦੇ ਵਿੱਚ ਆਪਾਂ ਜਾਣਾ ਹੁਣ, ਫਟਾਫਟ ਬੱਸ ਦੇ ਵਿੱਚ ਜਾਂਦੇ ਆ। ਚੱਲ ਆਜਲਾ ਸਾਹਿਬ, ਆ ਜਾ ਹੁਣ,
ਚਲੋ ਬੱਸ ਜਾ ਕੇ ਬਹਿੰਦੇ ਗਾਈਸ। ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇੰਟਰਨੈਸ਼ਨਲ ਆਪਣੀ ਯਾਤਰਾ 'ਤੇ ਚੱਲਿਆ, ਸੋ ਪਾਕਿਸਤਾਨ 'ਚ ਐਂਟਰੀ ਕਰ ਰਹੇ ਹਾਂ। ਗਾਈਜ਼ ਇੱਧਰ ਹੀ ਸਾਈਡ ਰਹਿ ਗਿਆ ਇੰਡੀਆ ਅਤੇ ਇੱਧਰ ਆ ਗਿਆ ਆਪਣਾ ਪਾਕਿਸਤਾਨ ਦਾ ਅੰਬੈਸੀ, ਅਤੇ ਆਪਾਂ ਨੇ ਬੱਸ ਨੂੰ ਇੱਥੇ ਉਤਾਰਿਆ ਸੀ। ਇੱਥੇ ਜਾ ਕੇ ਆਪਾਂ ਨੇ ਪਹਿਲਾਂ ਡੋਲਰ ਐਕਸਚੇਂਜ ਕਰਵਾਏ ਅਤੇ ਜਿਹੜੇ ਉੱਥੇ ਜਾ ਕੇ ਫੀਸ ਕਟਵਾਈ, ਠੀਕ ਹੈ। ਆਪਾਂ ਨੂੰ ਇਹ ਵਾਲਾ ਫੋਰਮ ਮਿਲਿਆ, ਠੀਕ ਹੈ, ਨੈਸ਼ਨਲ ਬੈਂਕ ਆਫ ਪਾਕਿਸਤਾਨ ਦੇ ਵਿੱਚ ਆਪਾਂ ਨੇ ਆਪਣੀ ਫੀਸ ਜਮ੍ਹਾਂ ਕਰਵਾਈ ਆ, ਠੀਕ ਹੈ। ਉੱਥੇ ਆਪਣੀ ਫੀਸ ਜਮ੍ਹਾਂ ਹੁੰਦੀ ਆ, ਅਤੇ ਆਪਾਂ ਜਿਹੜੀ ਕਰੰਸੀ ਐਕਸਚੇਂਜ ਕਰਵਾਉਣੀ ਆ ਉਹ ਤੋਂ ਇੱਥੇ ਕਰਵਾ ਕੇ ਆਪਾਂ ਨੇ ਫਿਰ ਆਪਣੇ ਪਰਚੀ ਮਿਲਦੀ ਆ, ਉਹ ਇੱਦਾਂ ਦੀ ਸਲਿੱਪ ਹੈ, ਠੀਕ ਹੈ। ਤੋ ਸੋ ਆਪਾਂ ਨੇ 1500 ਰੁਪਏ ਕਰਾਇਆ, ਬਸ ਇੰਨਾ ਹੀ ਚਾਹੀਦਾ, ਅਤੇ ਆਪਾਂ ਨੂੰ ਤਕਰੀਬਨ 4200 ਰੁਪਏ ਦੇ ਕਰੀਬ ਆਪਾਂ ਨੂੰ ਮਿਲ ਗਿਆ, ਅਤੇ ਬਹੁਤਾ ਆਪਾਂ ਨੇ ਖਰਚਣਾ ਨਹੀਂ ਹੈਗਾ, ਕਿਉਂਕਿ ਇੱਥੇ ਖਰਚਣ ਨੂੰ ਹੋਰ ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਕੁਛ। ਸੋ ਫਟਾਫਟ ਚੱਲਦੇ ਹਾਂ ਹੁਣ ਆਪਾਂ ਅੰਦਰ ਜਾ ਕੇ, ਅੰਬੈਸੀ ਜਾ ਕੇ ਜਿਹੜਾ ਪ੍ਰੋਸੀਜਰ ਆਪਣਾ ਬਾਕੀ ਰਹਿੰਦਾ ਉਹ ਕੰਪਲੀਟ ਕਰਦੇ ਹਾਂ। ਪਾਕਿਸਤਾਨ ਦੀ ਅੰਬੈਸੀ ਦੇ ਵਿੱਚੋਂ ਆਪਣੀ ਇਮੀਗ੍ਰੇਸ਼ਨ ਹੋ ਕੇ ਨਿਕਲ ਆਏ ਹਾਂ, ਅਤੇ ਬਾਹਰ ਆਪਾਂ ਨੂੰ ਮਿਲ ਗਈਆਂ ਬੱਸਾਂ, ਅਤੇ ਇਹਦੇ ਵਿੱਚ ਐਂਟਰੀ ਕਰਾਂਗੇ। ਅਤੇ ਆਪਾਂ ਨੂੰ ਭਾਈ ਯਾਤਰੀ ਕਾਰਡ ਮਿਲਿਆ, ਇੱਧਰ ਔਜਲਾ ਸਾਹਿਬ ਨੂੰ ਵੀ ਕਾਰਡ ਮਿਲਿਆ, ਠੀਕ ਹੈ। ਇਹੀ ਆਪਾਂ ਨੇ ਗਲੇ 'ਚ ਪਾ ਕੇ ਰੱਖਣਾ, ਬਾਕੀ ਸਾਰੇ ਡਾਕੂਮੈਂਟ ਆਪਾਂ ਸੰਭਾਲ ਲਏ। ਸੋ ਬੱਸ 'ਚ ਚੜ੍ਹਦੇ ਹੁਣ ਫਟਾਫਟ। ਲੋ ਵੀ ਗਾਈਜ਼, ਫਾਈਨਲੀ ਆਪਾਂ ਐਂਟਰੀ ਕਰ ਲਈ ਆ ਪਾਕਿਸਤਾਨ ਦੇ ਵਿੱਚ। ਸਾਹਮਣੇ ਬਹੁਤ ਪੱਖੇ ਚੱਲਦੇ ਪਏ ਆ, ਪਾਣੀ ਮੋਟਰਾਂ ਲੋ ਵੀ ਗਾਈਜ਼, ਉਹ ਖੜੀ ਆ ਬੱਸ, ਇੱਧਰੋਂ ਕ੍ਰੋਸ ਕਰਕੇ ਆਪਾਂ ਐਂਟਰੀ ਕਰੀ ਆ, ਅਤੇ ਪਹੁੰਚ ਚੁੱਕੇ ਆਪਾਂ ਦਰਸ਼ਨੀ ਦਿਓੜੀ। ਸੋ ਇੱਧਰੋਂ ਕ੍ਰੋਸ ਕਰਕੇ ਐਂਟਰੀ ਕਰ ਲਿਆ, ਉੱਥੇ ਬੰਦਾ ਖੜਾ ਹੋਊਗਾ, ਆਪਾਂ ਨੂੰ ਡਿਟੇਲ ਦੱਸੂਗਾ ਵੀ ਆਪਾਂ ਨੂੰ ਕਿਆ ਕਿਆ ਚਾਹੀਦਾ, ਕਿਆ ਕਿਆ ਕਰਨਾ, ਉਹਦੇ ਬਾਅਦ ਆਪਾਂ ਨੇ ਅੰਦਰ ਐਂਟਰੀ ਕਰ ਲੈਣੀ ਹੈ। ਸੋ ਬਹੁਤ ਸਾਰੀ ਸੰਗਤ ਆਈ ਹੋਈ ਆ, ਪਹਿਲਾਂ ਸਵੇਰੇ ਇੱਦਾਂ ਲੱਗ ਰਿਹਾ ਸੀ ਵੀ ਬਹੁਤ ਘੱਟ ਲੋਕ ਆ, ਪਰ ਸੰਗਤ ਕਾਫੀ ਹੈ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਗਾਈਡ ਕਰ ਦਿੰਦਾ ਤਾਂ ਕਿ ਨਵੇਂ ਆਉਣ ਵਾਲੇ ਲੋਕਾਂ ਵਾਸਤੇ ਸਾਰੀ ਯਾਤਰਾ ਸੁਣੀ। ਜਿਸ ਤਰ੍ਹਾਂ ਦਰਵਾਜ਼ਾ ਤੁਸੀਂ ਕ੍ਰਾਸ ਕਰੋਗੇ, ਦਰਵਾਜ਼ੇ ਦੇ ਨਾਲ ਹੀ ਇਸ ਪਾਸੇ
ਤੁਹਾਡੇ ਸੱਜੇ ਹੱਥ ਪਹਿਲਾ ਕਮਰਾ ਜੋੜੇ ਕਰਦਾ, ਇੱਥੇ ਤੁਸੀਂ ਜੋੜੇ ਜਮ੍ਹਾਂ ਕਰਵਾਉਣੇ। ਜੋੜੇ ਜਮ੍ਹਾਂ ਕਰਵਾਉਣ ਤੋਂ ਬਾਅਦ ਅਗਰ ਤੁਸੀਂ ਹੱਥ ਧੋਣੇ ਨੇ, ਦਰਵਾਜ਼ੇ ਤੋਂ ਬਾਹਰ ਇਸ ਪਾਸੇ ਵਾਟਰ ਕੂਲਰ ਦੇ ਨਾਲ ਵਾਸ਼ ਬੇਸਨ ਲੱਗਿਆ, ਬਾਹਰ ਜਾ ਕੇ ਤੁਸੀਂ ਹੈਂਡ ਵਾਸ਼ ਕਰ ਸਕਦੇ। ਜਿਹੜੇ ਲੋਕ ਤੁਹਾਡੇ ਚੋਂ ਲੰਗਰ ਜਾਂ ਰਸਦ ਲੈ ਕੇ ਆਏ ਹੋਏ ਨੇ, ਮੇਰੇ ਬਿਲਕੁਲ ਬੈਕ ਸਾਈਡ 'ਤੇ ਹਾਲ ਦੇ ਐਂਡ 'ਤੇ ਇਸ ਕਾਰਨ 'ਚੋਂ ਸਾਹਮਣੇ ਕਾਊਂਟਰ ਲੱਗਿਆ ਲੰਗਰ ਜਮ੍ਹਾਂ ਕਰਨ ਵਾਲਾ, ਉਹ ਤੁਸੀਂ ਉੱਥੇ ਨੋਟ ਕਰਵਾ ਕੇ ਜਮ੍ਹਾਂ ਕਰਵਾ ਦਿਓ। ਉਹ ਜਿਹੜਾ ਸਾਹਮਣੇ ਲੰਗਰ ਵਾਲਾ ਕਾਊਂਟਰ ਹੈ, ਉਸ ਕਾਊਂਟਰ ਦੇ ਬਿਲਕੁਲ ਕੋਲੋਂ ਹੀ ਇਸ ਪਾਸੇ ਨੂੰ ਇੱਕ ਬਰਾਂਡਾ ਬਣਿਆ ਹੋਇਆ, ਔਰ ਉਸੇ ਬਰਾਂਡੇ 'ਚੋਂ ਤੁਸੀਂ ਅੰਦਰ ਇਹਨੂੰ ਹੋਣਾ। ਬਰਾਂਡੇ 'ਚ ਥੋੜ੍ਹਾ ਜਿਹਾ ਅੱਗੇ ਜਾਓਗੇ ਇਸੇ ਪਾਸੇ ਨੂੰ, ਅਤੇ ਸੈਂਟਰ ਵਿੱਚ ਜਾ ਕੇ ਬਰਾਂਡੇ ਦੇ ਅੰਦਰ ਹੀ ਸਰੋਵਰ ਸਾਹਿਬ ਦਾ ਪ੍ਰਬੰਧ ਕੀਤਾ ਹੈ। ਉੱਥੇ ਸਾਈਨ ਬੋਰਡ ਵੀ ਲੱਗਿਆ ਹੋਏਗਾ ਸਰੋਵਰ ਸਾਹਿਬ ਦਾ, ਉੱਥੇ ਤੁਸੀਂ ਇਸ਼ਨਾਨ ਕਰ ਸਕਦੇ ਹੋ। ਮੇਨ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਬਿਲਡਿੰਗ ਦੇ ਬਿਲਕੁਲ ਸੈਂਟਰ ਵਿੱਚ ਨੇ, ਚਾਰਾਂ ਪਾਸੇ ਬਰਾਂਡੇ ਬਣੇ ਹੋਏ ਨੇ, ਸੈਂਟਰ 'ਚ ਗੁਰਦੁਆਰਾ ਸਾਹਿਬ ਨੇ, ਅਤੇ ਗੁਰਦੁਆਰਾ ਸਾਹਿਬ ਦੇ ਕੋਲ ਬਾਬਾ ਜੀ ਦਾ ਖੂਹ ਸਾਹਿਬ, ਜਿਹਦੇ ਨਾਲ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਰਹੇ ਨੇ, ਉਹ ਵੀ ਇਤਿਹਾਸਿਕ ਉਸ ਤਰ੍ਹਾਂ ਹੀ ਮੌਜੂਦ ਹੈ। ਖੂਹ ਸਾਹਿਬ ਦਾ ਅੰਮ੍ਰਿਤ ਜਲ ਤੁਸੀਂ ਖੂਹ ਸਾਹਿਬ 'ਤੇ ਵੀ ਛੱਕ ਸਕਦੇ ਹੋ ਨਾਲ ਲੈ ਕੇ ਜਾਣ ਵਾਸਤੇ, ਉੱਥੋਂ ਪੈਕ ਬੋਤਲਾਂ ਮਿਲਦੀਆਂ ਨੇ ਅੰਮ੍ਰਿਤ ਜਲ ਦੀਆਂ, ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਉਸ ਤੋਂ ਬਾਅਦ ਅਗਰ ਤੁਸੀਂ ਲੰਗਰ ਹਾਲ ਜਾਣਾ, ਅਤੇ ਅੰਦਰ ਜਾ ਕੇ ਜਦੋਂ ਮੇਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਇਸ ਪਾਸੇ ਨੂੰ ਵੇਖੋਗੇ, ਆਪਣੇ ਖੱਬੇ ਹੱਥ ਨੂੰ, ਉੱਧਰ ਤੁਹਾਨੂੰ ਇੱਕ ਡਿਉੜੀ ਨਜ਼ਰ ਆਵੇਗੀ। ਉਸ ਡਿਉੜੀ ਦੇ ਮੱਥੇ 'ਤੇ ਲਿਖਿਆ ਹੋਵੇਗਾ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਉਹ ਜਿਹੜੀ ਕਰਤਾਰਪੁਰ ਵਾਲੀ ਡਿਉੜੀ ਆ, ਉਸ ਡਿਉੜੀ ਦੇ ਬਿਲਕੁਲ ਬੈਕ ਸਾਈਡ 'ਤੇ ਲੰਗਰ ਹਾਲ, ਉੱਥੇ ਲੰਗਰ ਛਕਣਾ ਤੁਸੀਂ। ਲੰਗਰ ਛਕਣ ਤੋਂ ਬਾਅਦ ਜੇ ਤੁਸੀਂ ਮਾਰਕੀਟ ਜਾਣਾ ਚਾਹੋ, ਅਤੇ ਜਦੋਂ ਲੰਗਰ ਹਾਲ 'ਚੋਂ ਬਾਹਰ ਨਿਕਲੋਗੇ, ਅਤੇ ਲੰਗਰ ਹਾਲ ਦੇ ਕੋਲ ਉਹਦੀ ਬੈਕ ਸਾਈਡ 'ਤੇ ਮਾਰਕੀਟ ਹੈ, ਲੰਗਰ ਹਾਲ ਦੇ ਬਾਹਰ ਐਕਸਟਰਾ ਚੱਪਲਾਂ ਰੱਖੀਆਂ ਹੁੰਦੀਆਂ ਨੇ, ਉਹ ਪਾ ਕੇ ਤੁਸੀਂ ਉਧਰੋਂ ਦੀ ਮਾਰਕੀਟ ਜਾ ਸਕਦੇ ਹੋ। ਮਾਰਕੀਟ ਦੇ ਅੰਦਰ ਵਾਸ਼ਰੂਮ ਦੀ ਫੈਸਿਲਿਟੀ ਵੀ ਹੋਵੇਗੀ, ਅਗਰ ਕਿਸੇ ਨੇ ਕਰੰਸੀ ਐਕਸਚੇਂਜ ਕਰਵਾਉਣੀ ਹੈ ਉਹ ਵੀ ਤੁਸੀਂ ਮਾਰਕੀਟ 'ਚੋਂ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਬਾਬਾ ਜੀ ਦੀ ਖੇਤੀ ਸਾਹਿਬ ਦੇ ਦਰਸ਼ਨ ਕਰਨੇ ਨੇ, ਬਾਹਰ ਇਸ ਪਾਸੇ ਜ਼ਮੀਨ ਉਹ ਬਾਬਾ ਜੀ ਦੀ ਖੇਤੀ ਸਾਹਿਬ ਹੈ, ਇਸ ਪਾਸੇ ਅੱਗੇ ਜਾ ਰਸਤਾ ਬਣਿਆ, ਅੱਗੇ ਜਾਣ ਵਾਸਤੇ ਥੋੜ੍ਹਾ ਅੱਗੇ ਜਾਓਗੇ, ਅੱਗੇ ਜਾ ਕੇ ਤੁਹਾਨੂੰ ਬਾਬਾ ਜੀ ਦੇ ਬਾਗ ਦੇ ਵੀ ਦਰਸ਼ਨ ਹੋਣਗੇ। ਬਾਕੀ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਇਸ ਤਰ੍ਹਾਂ ਦੇ ਸਾਈਨ ਬੋਰਡ ਲੱਗੇ ਹੋਏ ਨੇ ਇੰਗਲਿਸ਼ ਔਰ ਗੁਰਮੁਖੀ ਵਿੱਚ, ਉਹ ਦੱਸਦੇ ਪਏ ਨੇ ਕਿਹੜੀ ਚੀਜ਼ ਕਿਸ ਪਾਸੇ ਆ। ਫਿਰ ਵੀ ਕੋਈ ਗੱਲ ਪੁੱਛਣੀ ਹੋਵੇ, ਕੋਈ ਕੁਐਸਚਨ ਹੋਏ, ਤੁਸੀਂ ਪੁੱਛ ਸਕਦੇ ਹੋ। ਔਰ ਲਾਸਟ ਤੁਹਾਡਾ ਜਿਹੜਾ ਇੱਥੇ ਸਟੇ ਦਾ ਟਾਈਮ ਉਹ 4 ਵਜੇ ਤੱਕ ਹੈ, ਆਖਰੀ ਬੱਸ ਜਿਹੜੀ ਉਹ 4 ਵਜੇ ਜਾਏਗੀ, ਪਰ ਉਸ ਤੋਂ ਪਹਿਲਾਂ ਤੁਹਾਡੇ ਜੋ ਕੋਈ ਜਲਦੀ ਜਾਣਾ ਚਾਹੁੰਦਾ, ਹਰ 15 ਤੋਂ 20 ਮਿੰਟ ਬਾਅਦ ਗੱਡੀ ਤੋਂ ਵਾਪਸ ਜਾਂਦੀ ਹੈ, ਤੁਸੀਂ ਕਿਸੇ ਵੀ ਟਾਈਮ ਵਾਪਸ ਜਾ ਸਕਦੇ ਹੋ। ਅਸੀਂ ਆਸ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬੜਾ ਯਾਦਗਾਰ ਔਰ ਅਮੀਰ ਲੱਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ ਆਪਣਾ ਨਾਮ ਕੀ ਹੈ? ਮੇਰਾ ਨਾਮ ਅਹਿਮਦ ਦਾਊਦ। ਅਹਿਮਦ ਦਾਊਦ, ਠੀਕ ਹੈ, ਨਾਈਸ ਟੂ ਮੀਟ ਯੂ ਸਰ, ਥੈਂਕ ਯੂ। ਐਂਟਰੀ ਆਪਾਂ ਇੱਧਰੋਂ ਕੀਤੀ ਆ, ਅਤੇ ਸਾਹਮਣੇ ਹੈਗਾ ਜੋੜਾ ਘਰ। ਹੱਥ ਸਾਫ਼ ਕਰਨ ਤੋਂ ਬਾਅਦ ਇੱਥੇ ਆ ਕੇ ਆਪਾਂ ਰਾਸ਼ਨ ਨੂੰ ਜਮ੍ਹਾਂ ਕਰਾ ਦਿੰਦੇ, ਜਿਹੜਾ ਆਪਾਂ ਇੰਡੀਆ ਤੋਂ ਲੈ ਕੇ ਆਏ ਆ, ਅਤੇ ਉਹ ਤੋਂ ਬਾਅਦ ਇੱਧਰ ਨੂੰ ਆਪਾਂ ਜਾਣਾ ਹੈ। ਸੋ ਪਹਿਲੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਇੱਦਾਂ ਦੇ ਉਸ, ਸੋ ਚੱਲਦੇ ਹਾਂ। ਅੱਜ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਕ੍ਰੋਸ ਕਰਕੇ ਪਾਕਿਸਤਾਨ ਦੇ ਵਿੱਚ, ਅਤੇ ਅਸੀਂ ਪਹੁੰਚੇ ਆ ਨਾਰੋਵਾਲ ਦੇ ਜ਼ਿਲ੍ਹੇ ਵਿੱਚ, ਅਤੇ ਕਰਤਾਰਪੁਰ ਪਾਕਿਸਤਾਨ ਦੇ ਵਿੱਚ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤੀਜੀ ਉਦਾਸੀ ਤੋਂ ਬਾਅਦ ਇੱਥੇ ਆ ਕੇ ਆਪਣਾ ਜੀਵਨ ਦੇ 16 ਸਾਲ ਬਤੀਤ ਕੀਤੇ, ਤੇ ਆਖਰੀ ਸਮਾਂ ਵੀ ਇਸੇ ਥਾਂ ਤੇ ਬਤੀਤ ਕੀਤਾ। ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਖੇਤੀ ਵੀ ਕੀਤੀ ਆ, ਇੱਥੇ ਰਹੇ ਆ, ਤੇ ਉਹਨਾਂ ਦਾ ਅੰਤਿਮ ਸਥਾਨ ਇਹੀ ਹੈ ਕਰਤਾਰਪੁਰ ਸਾਹਿਬ। ਮਜ਼ਾਰ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਕਾਲ ਚਲਾਣਾ ਹੋ ਗਿਆ ਸੀ, ਤੇ ਉਹਨਾਂ ਦਾ ਸਰੀਰ ਆਪਣੇ ਆਪ ਗਾਇਬ ਹੋ ਗਿਆ ਸੀ। ਉਹਨਾਂ ਦੇ ਉਪਰੰਤ ਕੁਝ ਫੁੱਲ ਤੇ ਇੱਕ ਚਾਦਰ ਰਹਿ ਗਈ ਸੀ। ਮੁਸਲਮਾਨਾਂ ਵੀਰਾਂ ਵੱਲੋਂ ਉਹਨਾਂ ਦੇ ਚਾਦਰ ਨੂੰ ਤੇ ਕੁਝ ਫੁੱਲਾਂ ਨੂੰ ਇੱਥੇ ਦਫਨਾਇਆ ਗਿਆ, ਤੇ ਉਹਦੀ ਜਗ੍ਹਾ ਇਹ ਮਜ਼ਾਰ ਸਾਹਿਬ ਬਣਿਆ ਹੋਇਆ ਹੈ, ਤੁਸੀਂ ਇਸ ਦੇ ਦਰਸ਼ਨ ਕਰ ਸਕਦੇ ਹੋ। ਤੋ ਇਸ ਤੋਂ ਇਲਾਵਾ ਜਿਹੜੇ ਫੁੱਲ ਬਚੇ ਸੀ ਹਿੰਦੂ ਭਾਈਚਾਰੇ ਵੱਲੋਂ ਤੇ ਸਿੱਖ ਭਾਈਚਾਰੇ ਵੱਲੋਂ, ਜਿਹੜੇ ਉਹਨਾਂ ਦਾ ਅੰਤਿਮ ਸੰਸਕਾਰ ਹਿੰਦੂ ਧਰਮ ਦੇ ਅਕੋਰਡਿੰਗ ਕੀਤਾ ਗਿਆ ਸੀ, ਤੇ ਉਹਨਾਂ ਨੂੰ ਇਸ ਸਥਾਨ ਤੇ ਦਫਨਾਇਆ ਗਿਆ ਦਰਬਾਰ ਸਾਹਿਬ ਦੇ ਥੱਲੇ, ਤੇ ਇਸੇ ਸਥਾਨ ਦੇ ਉੱਤੇ ਦਰਬਾਰ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੋਇਆ ਹੈ। ਗਾਇਜ਼ ਅਸੀਂ ਆਏ ਹੁਣ ਗੁਰਦੁਆਰਾ 'ਚ ਲੰਗਰ ਖਾਣ, ਤੇ ਇਹ ਵਾਲਾ ਲੰਗਰ ਹਾਲ ਆ,
ਇੱਧਰਲੀ ਸਾਈਡ ਤੋਂ ਐਂਟਰੀ ਹੋਈ ਸੀ ਆਪਣੀ, ਪਿੱਛੇ ਗੁਰਦੁਆਰਾ ਸਾਹਿਬ ਆ। ਸੋ ਇੱਧਰੋਂ ਘੁੰਮਦੇ ਘੁੰਮਾਉਂਦੇ ਆਪਾਂ ਆ ਕੇ ਲੰਗਰ ਹਾਲ ਦੇ ਵਿੱਚ ਹੁਣ ਐਂਟਰੀ ਕਰਨੀ ਆ। ਸੋ ਲੰਗਰ ਖਾਊਂਗੇ ਹੁਣ। ਬਹੁਤ ਵਧੀਆ ਢੰਗ ਨਾਲ ਇੱਥੇ ਭਾਂਡੇ ਲਾਏ ਹੋਏ ਆ, ਸਾਰੇ ਥਾਲ ਥੂਲ ਗਲਾਸ ਜਿੰਨੇ ਵੀ ਹੈ। ਅਤੇ ਉਹ ਸਾਹਮਣੇ ਬੈਠ ਕੇ ਆਪਾਂ ਲੰਗਰ ਛਕਦੇ ਹਾਂ। ਆ ਦਿਓ ਜੀ। ਲਓ ਜੀ, ਪਾਕਿਸਤਾਨੀ ਚੌਲ ਅਤੇ ਪਾਕਿਸਤਾਨੀ ਦਾਲ ਅੱਜ ਖਾਵਾਂਗੇ ਆਪਾਂ। ਮਿੱਠੇ ਚੌਲ ਭਾਅ ਜੀ, ਇਹ ਥੋੜ੍ਹੀ ਜਿਹੀ ਪਾਇਓ ਜੀ। ਧੰਨਵਾਦ। ਦੋ ਵੀ ਗਾਈਸ ਆਪਣੇ ਕੋਲ ਹੈਗੀ, ਪਾਕਿਸਤਾਨੀ ਰੋਟੀ, ਪਾਕਿਸਤਾਨੀ ਚੌਲ, ਪਾਕਿਸਤਾਨੀ ਅਚਾਰ, ਇਹ ਟੇਸਟ ਜ਼ਰੂਰ ਕਰਨਾ। ਅਤੇ ਉਹਦੇ ਬਾਅਦ ਆਪਣੇ ਕੋਲ ਜਾ ਕੇ ਪਾਕਿਸਤਾਨ ਦੀ ਪਾਕਿਸਤਾਨ ਮਿੱਠੇ ਚੌਲ ਰੰਗ ਬਿਰੰਗੇ, ਇਹ ਬੜੇ ਦੇਖਣ ਨੂੰ ਸਵਾਦ ਲੱਗ ਰਹੇ ਆ, ਟੇਸਟ ਕਰਦੇ ਹਾਂ। ਇੱਦਾਂ ਦੇ ਪਹਿਲੀ ਵਾਰ ਖਾਣੇ ਆ, ਜਿਹੜੇ ਆਪਣੇ ਘਰਾਂ 'ਚ ਬਣਦੇ ਆ ਨਾ, ਚਿੜੇ ਚਿੜੇ ਹੁੰਦੇ ਆ, ਪਰ ਇੱਥੇ ਖਿੜੇ ਖਿੜੇ ਆ ਦੇਖੋ ਪੂਰੇ। ਸੋ ਖਾ ਕੇ ਟੇਸਟ ਕਰਦੇ ਹਾਂ ਕਿੱਦਾਂ ਦਾ। ਲਓ ਵੀ ਗਾਈਸ, ਪਹਿਲਾਂ ਆਪਾਂ ਪਾਕਿਸਤਾਨੀ ਰੋਟੀ ਲਈ ਆ, ਹੁਣ ਇਹੀ ਖਾ ਕੇ ਦੇਖਦੇ ਹਾਂ। ਵਧੀਆ, ਇੰਡੀਅਨ ਮਸਾਲਿਆਂ ਦੀ ਤਰ੍ਹਾਂ ਹੀ ਲੱਗ ਰਹੀ ਆ, ਜਿੱਦਾਂ ਆਪਣੇ ਘਰਾਂ 'ਚ ਬਣਦੀ ਉੱਦਾਂ ਦੇ ਸੇਮ ਟੇਸਟ ਹੈ। ਹਲਕਾ ਫੁਲਕਾ ਲੱਗ ਗਿਆ ਬਾਈ, ਅਚਾਰ ਆ ਬਾਈ, ਅਚਾਰ ਸਿਰ ਹੈ, ਹੈ ਨਾ, ਅਚਾਰ ਸਿਰ ਹੈ ਬਾਈ। ਪਾਕਿਸਤਾਨੀ ਚੌਲ ਜੀਰੇ ਵਾਲੇ, ਰੋਟੀ ਇੱਥੇ ਰੱਜ ਕੇ ਖਾ ਕੇ ਜਾਣੀ ਆ। ਬਾਈ ਚੌਲ ਵੀ ਸਵਾਦ ਹੈ। ਹੁਣ ਵਾਰੀ ਆ ਗਈ ਮਿੱਠੇ ਚੌਲਾਂ ਦੀ। ਮਿੱਠੇ ਚੌਲ ਬਹੁਤ ਸਵਾਦ ਆ, ਹਲਕਾ ਜਿਹਾ ਮਿੱਠਾ ਪਰ ਵਧੀਆ ਭਾਜੀ। ਗਾਈਸ ਇੱਕ ਗੱਲ ਆ, ਜਿੰਨਾ ਸਵਾਦ ਪਾਕਿਸਤਾਨ ਦਾ ਲੰਗਰ ਆ, ਉਨਾ ਹੀ ਸਾਫ਼ ਸੁਥਰੇ ਇੱਥੇ ਦੇ ਰਸੋਈ ਹੈ। ਸਾਰਾ ਦੇਖੋ ਐ ਬਿਲਕੁਲ ਸਾਫ਼, ਭਾਂਡੇ ਧੋਣ ਉਹ ਲਹਿਦੇ, ਆਟਾ ਦੇਖੋ ਕਿੰਨਾ ਸਾਫ਼ ਹੈ, ਜਗ੍ਹਾ 'ਤੇ ਬਣ ਰਿਹਾ, ਤਵੀਆਂ ਦੇਖੋ ਕਿੰਨਾ ਸਾਫ਼ ਹੈ, ਪ੍ਰੋਪਰ ਢੰਗ ਨਾਲ ਬੜੀਆਂ ਤਵੀਆਂ, ਭਾਰੀ ਤਵੀ ਹੈ, ਜਿਹਦੇ ਉੱਪਰ ਰੋਟੀ ਵਧੀਆ ਢੰਗ ਨਾਲ ਪੱਕਦੀ ਹੈ, ਚਾਰੇ ਪਾਸੋਂ ਸਿੱਖਦੀ ਹੈ, ਹਰੇਕ ਜਗ੍ਹਾ ਸਿੰਕ ਲੱਗਿਆ ਹੋਇਆ ਮੇਰੇ ਖਿਆਲ 'ਚ ਪਾਣੀ ਯੂਜ਼ ਕਰਨ ਵਾਸਤੇ ਹੈ। ਉਹ ਤੋਂ ਬਾਅਦ ਇਹ ਆ ਗਈ ਰਸੋਈ ਜਿੱਥੇ ਖਾਣਾ ਲੰਗਰ ਪੱਕਦਾ। ਹੁਣ ਦੇਖੋ ਕੜੀ ਬਣ ਰਹੀ ਹੈ ਸਾਹਮਣੇ, ਖਾਣ ਸਾਵਾਂ ਲੱਗਿਆ ਹੋਇਆ, ਮਤਲਬ ਲੰਗਰੀ ਲੱਗਿਆ ਹੋਇਆ ਇੱਕ ਬਣਾਉਣ ਵਾਲਾ, ਕਿੰਨੇ ਸਾਫ਼ ਢੰਗ ਨਾਲ ਯੂਜ਼ ਕਰ ਰਹੇ ਆ, ਸਾਰਾ ਕੁਝ ਸਾਫ਼ ਆ ਬਿਲਕੁਲ। ਦੇਖੋ ਟੇਬਲ ਵੀ ਬਿਲਕੁਲ ਸਾਫ਼ ਪਏ ਆ। ਪਾਕਿਸਤਾਨ ਭਾਈ ਸਾਰੇ ਇੱਥੇ ਵਿੱਚੇ ਘੁੰਮਦੇ ਆ, ਇਹਨਾਂ ਦੇ ਨਾਲ ਮਿਲ ਕੇ ਹੀ ਅਸੀਂ ਲੰਗਰ ਖਾਧਾ ਇੱਥੇ ਲੰਗਰ ਹਾਲ ਦੇ ਵਿੱਚ। ਬਹੁਤ ਸਾਰੇ ਪਾਕਿਸਤਾਨੀ ਭਾਈ ਸਾਡੇ ਨਾਲ ਬੈਠ ਕੇ ਖਾਣਾ ਖਾ ਰਹੇ ਸੀ। ਗਾਈਸ ਅਸੀਂ ਇੱਥੇ ਸਰੋਵਰ ਦੇਖਣ ਆਏ ਸੀ, ਪਵਿੱਤਰ ਸਰੋਵਰ। ਅਤੇ ਇੱਕ ਗੱਲ ਆ, ਪਾਣੀ ਲਗਾਤਾਰ ਫਿਲਟਰ ਹੋ ਰਿਹਾ ਅਤੇ ਇੰਨਾ ਜ਼ਿਆਦਾ ਚਿਲਡ ਆ ਨਾ ਇਹ, ਬੰਦਾ ਨਹਾ ਲਵੇ ਐਨ ਸੰਤੁਸ਼ਟ ਹੋ ਜਾਵੇ, ਬਹੁਤਾ ਡੂੰਘਾ ਨਹੀਂ ਹੈਗਾ, ਵਧੀਆ। ਓਹੋ ਇਹ ਲਗਾਤਾਰ ਫਿਲਟਰ ਹੋ ਰਿਹਾ ਦੇਖੋ, ਲਗਾਤਾਰ ਬਹੁਤ ਵਧੀਆ ਸਿਸਟਮ ਲਾਇਆ ਹੋਇਆ, ਬਹੁਤ ਵਧੀਆ ਬਾਈ।
ਬਹੁਤ ਸਾਫ਼ ਪਾਣੀ।